ਹਾਂ ਸਿੱਖਾ ਪੰਜਾਬੀ ਉਹ ਮੈਂ ਤੁਹਾਡਾ ਆਪਣਾ ਗੁਰਮukh ਸਿੰਘ ਅੱਜ ਆਪਾਂ ਗੱਲ ਕਰਦੇ ਆਂਗੇ ਮਨਪ੍ਰੀਤ ਕੌਰ ਉਹ ਮੈਡਮ ਬਾਰੇ ਜਿਹਨੇ ਸਰਬਜੀਤ ਸਿੰਘ ਭਰਾ ਨੂੰ ਬਹੁਤ ਹੀ ਮੰਦਾ ਬੋਲਿਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਨਾਲ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਕਿੱਥੇ ਕਿੱਥੇ ਤੱਕ ਮੇਰੀ ਵੀਡੀਓ ਪਹੁੰਚੀ ਆ ਤੇ ਕਿੱਥੋਂ ਕਿੱਥੋਂ ਮੇਰੇ ਨਾਲ ਬੰਦੇ ਜੁੜੇ ਹੋਏ ਨੇ ਤੇ ਮੈਡਮ ਤੱਕ ਜਰੂਰ ਮੇਰੀ ਵੀਡੀਓ ਉਹਦੇ ਤੱਕ ਪਹੁੰਚਾ ਦਿਓ ਉਹ ਮੈਡਮ ਦੱਸ ਰਹੀ ਆ ਵੀ ਤੇਰੀ ਔਕਾਤ ਕੀ ਆ ਮੋਟਰਸਾਈਕਲ ਤੇ ਬਾਈ ਆਇਆ ਵਗਾ ਤੇ ਪਹਿਲਾਂ ਤਾਂ ਆਪ ਗਹਾਰ ਲਾਉਂਦੀਆਂ ਨੇ ਗਈਆਂ ਵੀ ਸਾਨੂੰ ਸੇਵਾ ਕਰੋ ਤੇ ਜੋ ਵੀ ਸੇਵਾ ਕਰਨੀ ਆਗੀ ਵੀ ਕਿਤਾਬਾਂ ਦੀ ਜਵਾਕਾਂ ਨੂੰ ਸੇਵਾ ਕਰੋ ਪਹਿਲਾਂ ਤਾਂ ਫੇਸਬੁੱਕ ਤੇ ਆਪ ਹੀ ਪਾਉਂਦੇ ਨੇਗੇ ਤੇ ਬਾਅਦ ਚ ਬੰਦੇ ਨੂੰ ਜਲੀਲ ਕਰਦੇ ਨੇਗੇ ਵੀ ਤੁਸੀਂ ਸਾਨੂੰ ਆਹ ਕਹਦੇ ਹੋ ਤੁਸੀਂ ਸਾਨੂੰ ਉਹ ਕਹਿਣੇ ਹੋਗੇ ਤੇ ਮੈਂ ਕਹਿਣਾ ਚਾਹੁੰਦਾ ਮੈਡਮ ਨੂੰ ਵੀ ਤੇ ਸੇਵਾ ਕਰਨੀ ਆਗੀ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਫੇਸਬੁੱਕ ਦੇ ਆਪਣਾ ਅਕਾਊਂਟ ਦੇ ਕੇ ਉਹਦੇ ਵਿੱਚ ਪੈਸੇ ਮੰਗਵਾਈਏ ਬਾਹਲੇ ਵੀਰਾਂ ਤੋਂ ਤੇ ਉਹਨਾਂ ਨੂੰ ਕਹੀਏ ਸੇਵਾ ਕਰੋ ਸਾਡੇ ਅਕਾਊਂਟ ਵਿੱਚ ਪੈਸੇ ਪਾਓ ਤੇ ਦੂਜੀ ਗੱਲ ਮੈਡਮ ਨੇ ਕਹੀ ਆ ਕਿ ਕੀ ਸਰਬਜੀਤ ਸਿੰਘ ਨੂੰ ਤੇਰੀ ਔਕਾਤ ਕੀ ਆ ਕਿ ਬਾਈ ਮੋਟਰਸਾਈਕਲ ਤੇ ਆਇਆ ਜੇ ਬਾਈ ਗੱਡੀ 'ਚ ਆ ਜਾਂਦਾ ਫਿਰ ਉਹ ਨੂੰ ਸਬਕਾਰ ਕਰ ਲੈਂਦੀ ਮੈਡਮ ਇਹ ਪੁੱਛਣ ਵਾਲੀ ਗੱਲ ਆ ਮੈਡਮ ਨੂੰ ਹਨਾ ਤੇ ਇੱਕ ਲੱਖੇ ਜਿਹਾੜਨੇ ਨੇ ਵੀ ਵੀਡੀਓ ਪਾਈ ਸੀ 2020 ਚ ਇਹ ਮੈਂਡਮ ਨੇ ਇੱਕ ਹੋਰ ਬੰਦੇ ਨਾਲ ਵੀ ਇਦਾਂ ਹੀ ਕੀਤਾ ਸੀਗਾ ਤੇ ਕਹਿਣ ਦੀ ਗੱਲ ਇਹ ਆ ਵੀਰੋ ਵੀ ਆਪਾਂ ਬਾਈ ਦਾ ਸਾਥ ਦਈਏ ਤੇ ਬਾਈ ਦੇ ਨਾਲ ਰਹੀਏ ਤੇ ਗੱਲਬਾਤ ਬਾਈ ਨਾਲ ਕਰੀਏ ਵੀ ਕੀ ਗੱਲ ਹੋਈ ਸੀਗੀ ਜਿੰਨਾ ਚਿਰ ਆਪਾਂ ਬਾਈ ਨੂੰ ਮਿਲ ਨਹੀਂ ਤਾਂ ਮਿਲ ਨਹੀਂ ਸਕਦੇ ਉਹਨਾਂ ਦੇ ਕਰਾਪਾ ਕੋਈ ਨਹੀਂ ਕਹਿ ਸਕਦੇ ਠੀਕਾਕ ਨਹੀਂ ਤੇ ਹਾਂ ਇਹ ਗੱਲ ਆਪਾਂ ਜ਼ਰੂਰ ਕਹਿ ਸਕਦੇ ਆਂ ਵੀ ਜਿਹੜੀ ਸ਼ਬਦਾਲੀ ਮੈਡਮ ਅਮਨਦੀਪ ਕੌਰ ਕੌਟ ਕਪੂਰਾ ਨੇ ਬੋਲੀ ਆ ਜੇ ਵੱਧ ਘੱਟ ਬਾਈ ਦਿਲ ਤੇ ਲਾ ਜਾਂਦਾ ਗੱਲ 19 ਕੀ ਕਾ ਲੈਂਦਾ ਤੇ ਉਹਦਾ ਜ਼ਿੰਮੇਵਾਰ ਕੌਣ ਸੀਗਾ ਜਿੰਨਾ ਜਲੀਲ ਉਹ ਮੈਡਮ ਨੇ ਕੀਤਾ ਵਗਾ ਤੇ ਬਾਈ ਨਾਲ ਗੱਲਬਾਤ ਅਸੀਂ ਤੰ ਦਾ ਸੰਪਰਕ ਕੀਤਾ ਬਾਈ ਨਾਲ ਕਈ ਵਾਰ ਤੇ ਬਾਈ ਨਾਲ ਸਾਡੀ ਗੱਲ ਨਹੀਂ ਹੋਈ ਤੇ ਬਾਈ ਜਿੱਥੇ ਵੀ ਹੈਗਾ ਤੇ ਜਿੱਥੇ ਵੀ ਸਾਨੂੰ ਮਿਲੇ ਅਸੀਂ ਉਹਨੂੰ ਜ਼ਰੂਰ ਮਿਲਣਾ ਚਾਹਾਂਗੇ ਤੇ ਸਾਨੂੰ ਜੇ ਕੋਈ ਮੇਰਾ ਵੀਰ ਲਵੇ ਤਵੇ ਦਾ ਦੱਸ ਸਕਦਾ ਵਗਾ ਉਹਦਾ ਪਤਾ ਟਿਕਾਣਾ ਤੇ ਸਾਨੂੰ ਉਹ ਵੀ ਦੱਸ ਦਵੇ ਅਸੀਂ ਬਾਈ ਨੂੰ ਮਿਲ ਕੇ ਆਈਏ ਤੇ ਬਾਈ ਨੂੰ ਵੀ ਪੁੱਛੀਏ ਵੀ ਕੀ ਗੱਲ ਉੱਥੇ ਹੋਈ ਸੀ ਹੋ ਸਕਦਾ ਵੀ ਸਾਰਾ ਮੈਡਮ ਨੇ ਫੇਮ ਫੇਮਸ ਹੋਣ ਦੀ ਮਾਰੀ ਨੇ ਕੀਤਾ ਹੋਵੇ ਬਹੁਤ ਗੱਲਾਂ ਹੋ ਸਕਦੀਆਂ ਨੇ ਕਿਉਂਕਿ ਮੈਡਮ ਨੇ ਪਹਿਲਾਂ ਵੀ ਵੀਡੀਓ ਕਈ ਪਾਈਆਂ ਨੇ ਕਈਆਂ ਨੂੰ ਉਹਨਾਂ ਮੈਡਮ ਨੇ ਕਿਹਾ ਵੀ ਆ ਵੀ ਹੈਲਪ ਕਰੋ ਮੇਰੇ ਕਾਊਂਟ ਚ ਪੈਸੇ ਪਾਓ ਇਹ ਉਹ ਬਹੁਤ ਕੁਝ ਕਈਆਂ ਨੇ ਗੱਲਾਂ ਤੇ ਲੱਖੇ ਵੀਰੇ ਨੇ ਵੀ ਕੱਲ ਵੀਡੀਓ ਪਾਈ ਸੀਗੀ ਇੱਕ ਬਾਈ ਦੀ 2020 ਚ ਜੋ ਕਿ ਉਹ ਬਾਈ ਨਾਲ ਵੀ ਇਹ ਮੈਡਮ ਨੇ ਇਦਾਂ ਹੀ ਕੀਤਾ ਸੀਗਾ ਤੇ ਨਾਲ ਮੇਰੇ ਜੁੜੇ ਰਹੋ ਦੇ ਦੇ ਆ ਪੋਸਟ ਪ੍ਰਕਾਰ ਕਰਕੇ ਕਿੱਥੇ ਤਾਂ ਕਿੱਥੇ ਦਾ ਉਹ ਬਾਈਆ ਤੇ ਗੱਲਬਾਤ ਕਰਾਂਗੇ ਉਹ ਬਾਈ ਨਾਲ ਤੇ ਵੀਡੀਓ ਨੂੰ ਲਾਇਕ ਤੇ ਕਮੈਂਟ ਜਰੂਰ ਕਰ ਦਿਓ ਜੀ ਧੰਨਵਾਦ ਅਗਲੀ ਵੀਡੀਓ ਚ ਸੇਤੀ ਤੋਂ ਨੂੰ ਮਿਲਾਂਗੇ